ਸੋਸ਼ਲ ਮੀਡੀਆ ਤੇ ਕੀਤੀ ਦੋਸਤੀ ਤੇ ਸੰਸਦ ਚ ਕਰ ਦਿੱਤਾ ਵੱਡਾ ਕਾਂਡ। ਸੰਸਦ ਸੁਰੱਖਿਆ ਚੂਕ ਮਾਮਲੇ ਚ ਵੱਡਾ ਅਪਡੇਟ। 6 ਲੋਕਾਂ ਨੇ ਬਣਾਈ ਪੂਰੀ ਪਲੈਨਿੰਗ, ਸੋਸ਼ਲ ਮੀਡੀਆ ਤੇ ਮਿਲੇ ਸੀ 6 ਦੇ 6। ਪੂਰੀ ਪਲੈਨਿੰਗ ਦੇ ਨਾਲ ਦਿੱਤਾ ਘਟਨਾ ਨੂੰ ਅੰਜਾਮ। ਜੀ ਹਾਂ, ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਦੇ ਵਿੱਚ ਚੂਕ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਯੁਆਪਾ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਕਰਨ ਦੇ ਵਿੱਚ ਦਿੱਲੀ ਪੁਲਿਸ ਦੀ ਖਾਸੀ ਕਿਰਕਰੀ ਹੋਈ ਹੈ ਅਤੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਸਵਾਲ ਖੜ੍ਹੇ ਹੋਏ ਨੇ ਕਿ ਆਖਰ ਇਹ 6 ਲੋਕ ਪਲੈਨਿੰਗ ਬਣਾ ਕੇ ਕਿਸ ਤਰ੍ਹਾਂ ਸੰਸਦ ਦੇ ਵਿੱਚ ਦਾਖਲ ਹੋ ਗਏ। ਜੀ ਹਾਂ, 2 ਆਰੋਪੀ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਲੋਕ ਸਭਾ ਦੀ ਵਿਜ਼ਿਟਰ ਗੈਲਰੀ ਦੇ ਵਿੱਚ ਆਉਂਦੇ ਨੇ ਅਤੇ ਛਾਲ ਮਾਰ ਦਿੰਦੇ ਨੇ। ਉਹਨਾਂ ਦੇ ਕੋਲ ਕਲਰ ਸਮੋਗ ਦਾ ਇਸਤੇਮਾਲ ਕੀਤਾ ਗਿਆ ਉਹਨਾਂ ਦੇ ਵੱਲੋਂ, ਜਿਸ ਦੇ ਕਾਰਨ ਸੰਸਦ ਦੇ ਵਿੱਚ ਹਫਰਾ ਤਫਰੀ ਮਚ ਗਈ। ਸੰਸਦਾਂ ਨੇ ਆਰੋਪੀਆਂ ਨੂੰ ਫੜ ਕੇ ਖੂਬ ਕੁੱਟਿਆ ਵੀ। ਉਸ ਤੋਂ ਬਾਅਦ ਉਹਨਾਂ ਨੂੰ ਸਦਨ ਦੇ ਮੌਜੂਦ ਮਾਰਸ਼ਲ ਦੇ ਹਵਾਲੇ ਕਰ ਦਿੱਤਾ ਗਿਆ। ਦੂਜੇ ਪਾਸੇ ਉਹਨਾਂ ਦੇ ਸਾਥੀ ਨੀਲਮ ਅਤੇ ਅਮੋਲ ਸ਼ਿੰਦੇ ਨੇ ਸੰਸਦ ਭਵਨ ਦੇ ਬਾਹਰ ਕਲਰ ਸਮੋਗ ਦਾ ਇਸਤੇਮਾਲ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਦੇ ਬਾਅਦ ਮੌਜੂਦ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਸੂਤਰਾਂ ਦੇ ਅਨੁਸਾਰ ਲਲਿਤ ਅਤੇ ਵਿਸ਼ਾਲ ਸ਼ਰਮਾ ਦੇ ਰੂਪ ਦੇ ਵਿੱਚ 2 ਹੋਰ ਆਰੋਪੀ ਵੀ ਸਾਜਿਸ਼ ਦੇ ਵਿੱਚ ਸ਼ਾਮਲ ਸੀ। ਵਿਸ਼ਾਲ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚੋਂ ਹਿਰਾਸਤ ਦੇ ਵਿੱਚ ਲਿਆ ਗਿਆ, ਜਦਕਿ ਲਲਿਤ ਫਿਲਹਾਲ ਫਰਾਰ ਹੈ। ਤੁਹਾਨੂੰ ਦੱਸ ਦਈਏ ਕਿ ਇਹ 6 ਆਰੋਪੀ ਸੀ ਜਿਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਹੈ ਕਿ 25 ਸਾਲਾ ਸ਼ਿੰਦੇ ਮਹਾਰਾਸ਼ਟਰ ਅਤੇ ਲਾਤੂਰ ਜ਼ਿਲ੍ਹੇ ਦੇ ਵਿੱਚ ਸਥਿਤ ਆਪਣੇ ਪਿੰਡ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਸੈਨਾ ਭਰਤੀ ਅਭਿਆਨ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਜਾ ਰਿਹਾ ਹੈ। ਸ਼ਿੰਦੇ ਨੇ ਹਰਿਆਣਾ ਦੀ ਨੀਲਮ ਦੇ ਨਾਲ ਸੰਸਦ ਦੇ ਬਾਹਰ ਤਾਨਾਸ਼ਾਹੀ ਨਹੀਂ ਚੱਲੇਗੀ, ਭਾਰਤ ਮਾਤਾ ਦੀ ਜੈ ਅਤੇ ਜੈ ਭੀਮ ਜੈ ਭਾਰਤ ਦੇ ਨਾਅਰੇ ਲਗਾਏ। ਇਸ ਦੇ ਵਿੱਚ ਦਿੱਲੀ ਪੁਲਿਸ ਦੀ ਕਾਫੀ ਕਰਕਰੀ ਹੋਈ ਤੇ ਵੱਡੇ ਸਵਾਲ ਵੀ ਖੜੇ ਹੋਏ। ਜਾਣਕਾਰੀ ਦੇ ਮੁਤਾਬਕ ਉਹਨਾਂ ਦੇ ਵਿੱਚੋਂ 5 ਲੋਕ ਸੰਸਦ ਦੇ ਵਿੱਚ ਆਉਣ ਤੋਂ ਪਹਿਲਾਂ ਗੁਰੂਗ੍ਰਾਮ ਦੇ ਵਿੱਚ ਵਿਸ਼ਾਲ ਦੇ ਆਵਾਸ ਤੇ ਯਾਨੀ ਕਿ ਉਸਦੇ ਘਰ ਤੇ ਰੁਕੇ ਸੀ। ਯੋਜਨਾ ਦੇ ਅਨੁਸਾਰ ਸਾਰੇ 6 ਲੋਕ ਸੰਸਦ ਦੇ ਅੰਦਰ ਜਾਣਾ ਚਾਹੁੰਦੇ ਸੀ ਪਰ ਕੇਵਲ 2 ਨੂੰ ਹੀ ਪਾਸ ਮਿਲੇ ਸੀ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਜਿਹੜਾ ਕਾਂਡ ਹੋਣ ਤੋਂ ਬਚ ਗਿਆ ਤੇ ਇੰਨਾ 6 ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਦੋਸਤੀ ਕਰਕੇ ਪੂਰੀ ਪਲੈਨਿੰਗ ਕੀਤੀ ਗਈ, ਪੂਰੀ ਸਾਜਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਹੋਰ ਕਾਰਵਾਈ ਕੀਤੀ ਜਾ ਰਹੀ ਹੈ, ਹੋਰ ਜਾਂਚ ਕੀਤੀ ਜਾ ਰਹੀ ਹੈ, ਹੋਰ ਪਹਿਲੂਆਂ ਨੂੰ ਜੋੜਨ ਦੀ, ਹੋਰ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਫਿਲਹਾਲ ਜੋ ਪੁਲਿਸ ਦੀ ਕਿਰਕਰੀ ਹੋਈ ਆ ਉਸਦਾ ਤਾਂ ਸਭ ਨੂੰ ਹੀ ਪਤਾ ਹੈ। ਜਿਹੜੇ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਦੇਖੀਆਂ ਉਹਨਾਂ ਤਸਵੀਰਾਂ ਦੇ ਵਿੱਚ ਉਹ ਵੀ ਸਾਹਮਣੇ ਦੇਖੀਆਂ ਅਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਕੋਤਾਹੀ ਦੀ ਤਾਂ ਵੱਡੀ ਕੋਤਾਹੀ, ਜਿਹੜੀ ਵੱਡੀ ਚੂਕ ਦੇਖਣ ਨੂੰ ਮਿਲੀ ਹੈ ਸੁਰੱਖਿਆ ਮਾਮਲੇ ਦੇ ਵਿੱਚ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ।
ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ।